ਅਸਲਾਮ ਵਾਲੇਕੁਮ, ਵੈਲਕਮ ਬੈਕ ਮੁਜ਼ੰਮਲ ਵਰਲਡ ਤੇ। ਕੀ ਹਾਲ ਚਾਲ ਸਾਰੇ ਜੀ? ਠੀਕ ਠਾਕ ਹੋ? ਖਰੀਏ ਤੇ ਬਾਕੀ ਯਾਰ, ਮੇਰਾ ਵੀ ਇੱਕ ਡ੍ਰੀਮ ਸੀ ਕਿ ਮੈਂ ਵੀ ਆਪਣੇ ਪਿੰਡ ਦਾ ਸਾਰਾ ਵਲੋਗ ਬਣਾ ਪਾਵਾਂ ਡਰੋਨ ਨਾਲ। ਸ਼ਾਦੀ 'ਤੇ ਡਰੋਨ ਮੰਗਵਾਇਆ ਸੀ ਲੇਕਿਨ ਉਹ ਅੱਛੀ ਤਰ੍ਹਾਂ ਵੀਡੀਓ ਨਹੀਂ ਬਣਾਇਆ ਪਿਆ, ਕਿਉਂਕਿ ਉਹਨਾਂ ਕੋਲ ਬਣਵਾਈ ਸੀ, ਆਖਿਆ ਸੀ ਬਸ ਉਹਨਾਂ ਨੂੰ ਆਖਦਾ ਕਿ ਮਤਲਬ ਸਾਰੇ ਪਿੰਡ ਦੇ ਉੱਤੋਂ ਡਰੋਨ ਲਗਾਇਆ, ਲੇਕਿਨ ਉਹਨਾਂ ਲਗਾਇਆ ਕੌਣ ਸੀ, ਬਸ ਅਰਜ਼ੀ ਦੀ ਵੀਡੀਓ ਮੈਨੂੰ ਬਣਾ ਕੇ ਦੇ ਦਿੱਤੀ ਸੀ। ਅਤੇ ਬਾਕੀ ਬੜੇ ਮੁਸ਼ਕਿਲ ਨਾਲ ਤਾਂ ਡਰੋਨ ਮੰਗਵਾਇਆ ਸੀ ਇੱਕ ਦਿਹਾੜ ਵਾਸਤੇ, ਅਤੇ ਬਾਕੀ ਫਿਰ ਉਹਦੇ ਨਾਲ ਵੀਡੀਓ ਸ਼ੀਡੀਓ ਬਣਾਈਏ, ਮਾਸ਼ਾਅੱਲਾ ਸਾਰੇ ਪਿੰਡ ਦੀ ਆਪਣੀ ਬਣਾਈਏ, ਇਹ ਸਿਰਫ ਬਣਾਈਏ ਜਿਹੜੇ ਆਊਟ ਆਫ ਕੰਟਰੀ ਰਹਿੰਦੇ ਨੇ ਸਾਡੇ ਦੋਸਤ ਜਿਹੜੇ ਬਾਈ ਜਿਹੜੇ ਨੇ, ਤਾਂ ਕਿ ਮਤਲਬ 8-10 ਸਾਲ ਹੋ ਗਏ ਉਹਨਾਂ ਨੂੰ ਬਾਹਰ, ਅਤੇ ਉਹ ਆਪਣਾ ਪਿੰਡ ਸ਼ਿੰਡ ਵੇਖ ਸਕਣ। ਅਤੇ ਬਾਕੀ ਫਿਰ ਯਾਰ ਇਹ 3-4 ਦਿਨ ਦਾ ਮੈਂ ਬਣਾ ਦਿੱਤੇ, ਮਤਲਬ ਵੀਡੀਓ ਬਣ ਗਈ ਸੀ, ਮਤਲਬ ਹਫ਼ਤਾ ਹੋ ਗਿਆ। ਬਾਕੀ ਐਡਿਟ ਕਰਦਿਆਂ ਕਰਦਿਆਂ ਮੈਂ ਟਾਈਮ ਅੱਗੇ ਲੱਗਦਾ ਗਿਆ ਕੁਝ ਮੈਨੂੰ ਨਹੀਂ ਟਾਈਮ ਲੱਗਾ ਐਡਿਟ ਕਰਨੇ ਦਾ। ਬਾਕੀ ਕੋਈ ਵਲੋਗ ਪੈਂਡਿੰਗ ਸਨ ਉਹ ਅਪਲੋਡ ਕਰਦਾ ਸੀ, ਫਿਰ ਤਾਂ ਵਾਸਤੇ ਲੇਟ ਹੋ ਗਿਆ, ਥੋੜ੍ਹਾ ਸੋਰੀ ਉਹਦੇ ਵਾਸਤੇ। ਅਤੇ ਬਾਕੀ ਫਿਰ ਆ ਗਿਆ ਟਾਈਮ ਅਪਲੋਡਿੰਗ ਦਾ, ਅਤੇ ਤੁਸੀਂ ਜਿਸ ਟਾਈਮ ਵੇਖਦੇ ਹੋ ਉਸ ਟਾਈਮ ਅਪਲੋਡ ਹੋਏਗਾ ਉਹਦਾ ਵਲੋਗ। ਅਤੇ ਬਾਕੀ ਯਾਰ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ, ਸਾਡੇ ਮਨ ਜਗਦਾ ਬੰਦਾ ਕੋਈ ਵੀ ਸਪੋਰਟ ਨਹੀਂ ਕਰਦਾ ਹੈ ਮੈਨੂੰ। ਬਾਕੀ ਸਾਡੇ ਇੰਨੇ ਫਾਲੀਏ ਮੰਡੀ ਦੀ ਵੀਡੀਓ ਨਹੀਂ ਬਣੀਆਂ ਜਿੰਨੀਆਂ ਮੈਂ ਮਨ ਚਾਹੀਦੀਆਂ ਫੋਟੋਆਂ ਵੀਡੀਓ ਬਣਾ ਦਿੱਤੀਆਂ, ਇਹ ਤਾਂ ਤੁਹਾਨੂੰ ਪਤਾ ਹੋਣਾ। ਅਤੇ ਬਾਕੀ ਯਾਰ ਹਰ ਇੱਕ ਬੰਦਾ, ਹਰ ਇੱਕ ਅਕਾਊਂਟ ਜਿਹੜਾ ਹੈ ਮੇਰੇ ਪੇਜ ਨੂੰ ਜਿਹੜਾ ਲਾਈਕ ਕਰੋ ਅਤੇ ਸ਼ੇਅਰ ਵੀ ਕਰੋ, ਅਗਰ ਹੋ ਸਕਦਾ ਤਾਂ ਚੈਨਲ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਯੂਟਿਊਬ ਦੇ ਵੀ ਥੋੜ੍ਹਾ ਸਪੋਰਟ ਕਰੋ। ਅਤੇ ਇਨਸ਼ਾਅੱਲਾ ਮਨ 'ਚ ਇੱਕ ਪਿੰਡ ਦੀਆਂ ਸਾਰੀਆਂ ਵੀਡੀਓ ਬਣਾਉਂਦਾ, ਸਾਰੀਆਂ ਵੀਡੀਓ ਆਉਂਦੀਆਂ ਇਨਸ਼ਾਅੱਲਾ ਤਾਲਾ। ਅਤੇ ਬਾਕੀ ਫਿਰ ਵੀਡੀਓ ਸ਼ੁਰੂ ਕਰਨੇ ਆ, ਟਾਈਮ ਵੇਸਟ ਕੀਤੇ, ਪਹਿਲਾਂ ਲਾਈਕ ਕਰੋ ਵੀਡੀਓ ਅਤੇ ਸ਼ੇਅਰ ਕਰੋ। ਸਟਾਰਟ ਹੋਣਾ ਨਾ ਆਉਣ ਜਾਂਦਾ, ਵੀਡੀਓ ਸਟਾਰਟ ਹੈ।